ਬਲਵੀਰ ਸਿੰਘ ਰਾਜੇਵਾਲ ਵੱਡੀ ਗਿਣਤੀ ਚ ਬੰਦੇ ਲੈ ਕੇ ਗਿਆ ਔਰ ਉਹਨਾਂ ਦੇ ਬੰਦੇ ਨੂੰ ਕਿਸੇ ਨੂੰ ਬੋਲਣ ਨਹੀਂ ਦਿੱਤਾ। ਪੰਜੇ ਕਿਸਾਨ ਜਥੇਬੰਦੀਆਂ ਨੂੰ ਗਲਤ ਪੰਗਾ ਲੈ ਲਿਆ ਭਗਵੰਤ ਮਾਨ ਨੇ, ਇਹ ਕਹਿ ਕੇ ਤੁਹਾਡੇ ਨਾਲ ਕੋਈ ਬੰਦਾ ਨਹੀਂ ਹੋਣਾ। ਉੱਥੇ ਫਿਰ ਜਿਹੜਾ ਹੈ ਗਵਰਨਰ ਸਾਹਿਬ ਨੇ ਅੱਜ ਦਿੱਤਾ 12 ਵਜੇ ਦਾ ਟਾਈਮ। ਰਕੇਸ਼ ਟਕੈਤ ਕਹਿੰਦੇ ਦੇਖੋ ਵੱਡੀ ਹੀ ਲੜਾਈ ਹੈ, ਇੰਨੀ ਜਲਦੀ ਤਾਂ ਇਹ ਖਤਮ ਨਹੀਂ ਹੋਣੀ। ਜਿਹੜਾ ਹੈ ਆਪਣੀਆਂ ਮੰਗਾਂ ਬਣਵਾ ਕੇ ਛੱਡਾਂਗੇ, ਬੜੀ ਚੜ੍ਹਦੀ ਕਲਾ ਚ ਕੱਲ ਕਿਸਾਨ ਨਜ਼ਰ ਆਏ ਉੱਥੇ, ਜੋ ਕਮਾਲ ਕਰਨ ਨੂੰ ਕਿਸਾਨ ਅੰਦੋਲਨ ਚੱਲ ਰਿਹਾ, ਕੀ ਕਮਾਲ ਹੋਏਗੀ ਇਹ ਤੇ ਲਗਾਤਾਰ ਚਰਚਾ ਹੋ ਰਹੀ ਹੈ। ਪਹਿਲਾਂ ਤਾਂ ਗੱਲ ਕਰੀਏ, ਤੁਹਾਨੂੰ ਪਤਾ ਹੈ ਅੱਜ ਤੀਜਾ ਦਿਨ ਹੈ, ਕੱਲ ਦੂਜਾ ਦਿਨ ਸੀ। ਬਹੁਤ ਸ਼ਰਧਾ ਨਾਲ ਇਕੱਠੀ ਹੋ ਕੇ ਸੰਗਤ ਨੇ ਉੱਥੇ ਗੁਰਪੁਰਬ ਮਨਾਇਆ। ਕਿੱਥੇ ਮਨਾਇਆ? ਜਿਵੇਂ ਪਹਿਲਾਂ ਮਨਾਉਂਦੇ ਸੀ ਸਿੰਘੂ ਜਾਂ ਟਿੱਕਰੀ, ਤੇ ਹੁਣ ਮਨਾਇਆ ਮੋਹਾਲੀ ਚੰਡੀਗੜ੍ਹ ਜਿਹੜੇ ਸਰਹੱਦ ਹੈ ਉੱਥੇ, ਜਿਹੜੀ ਜਗਤਪੁਰਾ ਟੀ ਪੁਆਇੰਟ ਕਹਿ ਲਈਏ ਉੱਥੇ ਮਨਾਇਆ। ਬਾਬਾ ਇਕੱਠ ਸੀ ਔਰ ਉਸ ਇਕੱਠ ਦੇ ਵਿੱਚ ਬਾਬਾ ਨਾਨਕ ਨੂੰ ਵੀ ਯਾਦ ਕੀਤਾ, ਆਪਣੀਆਂ ਮੰਗਾਂ ਵੀ ਦੁਹਰਾਈਆਂ ਤੇ ਇਹ ਵੀ ਕਿਹਾ ਕਿ ਸਰਕਾਰ ਦੇਖ ਲੈ ਸਾਨੂੰ ਕਰ ਰਹੀ ਹੈ ਮਜਬੂਰ ਔਰ ਅਸੀਂ ਜਿਹੜਾ ਹੈ ਆਪਣੀਆਂ ਮੰਗਾਂ ਬਣਵਾ ਕੇ ਛੱਡਾਂਗੇ, ਬੜੀ ਚੜ੍ਹਦੀ ਕਲਾ ਚ ਕੱਲ ਕਿਸਾਨ ਨਜ਼ਰ ਆਏ ਉੱਥੇ। ਕਿਸਾਨ ਨਜ਼ਰ ਆਏ, ਵੈਸੇ ਇੱਕ ਮੈਂ ਤੁਹਾਨੂੰ ਦੱਸਦਾ, ਮਜ਼ਦੂਰ ਘੱਟ ਨਜ਼ਰ ਆਏ। ਮਜ਼ਦੂਰ ਜਿਹੜੀ ਕਿਸਾਨ ਮਜ਼ਦੂਰ ਸਮਝਦੀ ਉਹ ਸ਼ਾਇਦ ਇਹਨਾਂ ਦੇ ਨਾਲ ਉੱਥੇ ਜਥਾ ਉਹਨੂੰ ਆਉਣ ਨਹੀਂ ਦਿੱਤਾ, ਕਿਉਂਕਿ ਉੱਥੇ ਵੀ ਏਕਾ ਤਾਂ ਹੈ ਨਹੀਂ ਨਾ ਕਿਸਾਨਾਂ ਦਾ। ਇਹ ਠੀਕ ਹੈ ਕਿ 34 ਜਾਂ ਅੱਜ ਕੱਲ੍ਹ 34 ਪੈਸੇ 32 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਹੈ। ਰਾਜੇਵਾਲ ਸਾਹਿਬ ਵੀ ਗਏ ਸੀ ਉੱਥੇ, ਪਰ ਜਿਹਦੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਾਰਿਆਂ ਦੀ ਸਹਿਮਤੀ ਹਾਲੇ ਨਹੀਂ ਉੱਥੇ, ਇਉਂ ਜ਼ਰੂਰ ਲੱਗਣ ਲੱਗਿਆ ਤੇ ਲੱਗਦਾ ਕਿ ਹਰ ਇੱਕ ਕੋਲ ਇੱਕ ਵੀਟੋ, ਜਿਹੜੀਆਂ ਪੁਰਾਣੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਰਹੀਆਂ ਜਿਨ੍ਹਾਂ ਨੇ ਇਲੈਕਸ਼ਨ ਨਹੀਂ ਡਰੀ, ਉਹਨੂੰ ਸਭ ਨੂੰ ਇੱਕ ਵੀਟੋ ਦਿੱਤੀ ਹੋਈ ਹੈ ਵੀ ਜੋ ਸਾਰੇ ਸਰਬਸੰਮਤੀ ਨਾਲ ਜਿਹੜੀ ਗੁਰਮਤੀ ਵਾਲੀ ਗੱਲ ਉੱਥੇ ਹੁੰਦੀ ਹੈ ਤੇ ਕੋਈ ਬੰਦਾ ਜਿਹੜਾ ਵਿਰੋਧ ਦਰਜ ਨਹੀਂ ਕਰਾ ਸਕਦਾ, ਜੇ ਕਿਸੇ ਨੇ ਕਰਾਤਾ ਤਾਂ ਗੱਲ ਹੋਣੀ ਨਹੀਂ। ਤੇ ਕੱਲ ਇਹੋ ਲੱਗਿਆ ਕਿ ਬਲਵੀਰ ਸਿੰਘ ਰਾਜੇਵਾਲ ਵੱਡੀ ਗਿਣਤੀ ਚ ਬੰਦੇ ਲੈ ਕੇ ਗਿਆ ਔਰ ਉਹਨਾਂ ਦੇ ਬੰਦੇ ਨੂੰ ਕਿਸੇ ਨੂੰ ਬੋਲਣ ਨਹੀਂ ਦਿੱਤਾ, ਪੰਜੇ ਕਿਸਾਨ ਜਥੇਬੰਦੀਆਂ ਨੂੰ। ਸੋ ਇਸ ਤਰੀਕੇ ਨਾਲ ਮਜ਼ਦੂਰ ਵੀ ਉੱਥੇ ਘੱਟ ਨਜ਼ਰ ਆਏ। ਖੈਰ ਮੈਂ ਗੱਲ ਕਰ ਰਿਹਾ ਸੀ ਕਿ ਹੁਣ ਕੀ ਬਣਿਆ, ਆਪਾਂ ਉੱਧਰ ਨੂੰ ਵਧੀਏ। ਉੱਥੇ ਬਣਿਆ ਇਹ ਕਿ ਗਵਰਨਰ ਸਾਹਿਬ ਨੇ ਟਾਈਮ ਦਿੱਤਾ, ਇੱਥੋਂ ਅੱਜ ਸਵੇਰੇ ਸਵੇਰੇ ਮੈਂ ਉੱਥੋਂ ਦਾ ਦੇਖ ਰਿਹਾ ਸੀ ਸੀਨ, ਪ੍ਰਸ਼ਾਦੇ ਬਣ ਰਹੇ ਨੇ, ਕਈ ਇਸ਼ਨਾਨ ਕਰਕੇ ਝੰਡੇ ਚੱਕ ਕੇ ਤਿਆਰ ਬੈਠੇ ਨੇ, ਸਟੇਜ ਵੱਲ ਨੂੰ ਵੱਧਦੇ ਮੈਂ ਦੇਖੇ ਕਿਸਾਨ। ਔਰ ਕਮਾਲ ਇੱਕ ਹੋਈ, ਅੱਜ ਗਿਣਤੀ ਵੀ ਵਧੀ, ਹੋ ਸਕਦਾ ਬਹੁਤ ਸਾਰੇ ਕਿਸਾਨ ਜਿਹੜਾ ਹੈ ਆਪਣੇ ਕੱਲ ਦਾ ਜਿਹੜਾ ਪ੍ਰਕਾਸ਼ ਪੁਰਬ ਮਨਾ ਕੇ ਆਏ ਹੋਣ, ਜਿਵੇਂ ਵੀ ਹੈ ਸਵੇਰੇ ਸਵੇਰੇ ਲੰਬੀਆਂ ਲਾਈਨਾਂ ਹੋਰ ਲੱਗ ਗਈਆਂ, ਪਹਿਲਾਂ ਨਾਲੋਂ ਲੰਬੀਆਂ ਟਰਾਲੀਆਂ ਦੀਆਂ। ਔਰ ਇਹ ਵੀ ਗੱਲ ਕਮਾਲ ਹੈ ਜਿਹੜੀ ਮੈਂ ਲਗਾਤਾਰ ਅਲੱਗ ਵੀ ਕਹੀ ਸੀ ਤੁਹਾਨੂੰ ਇੱਕ ਵੀਡੀਓ ਚ, ਕਿ ਇਹ ਗਲਤ ਪੰਗਾ ਲੈ ਲਿਆ ਭਗਵੰਤ ਮਾਨ ਨੇ, ਇਹ ਕਹਿ ਕੇ ਤੁਹਾਡੇ ਨਾਲ ਕੋਈ ਬੰਦਾ ਨਹੀਂ ਹੋਣਾ। ਉਹ ਗੱਲ ਇਸ ਤਰ੍ਹਾਂ ਟਰੈਵਲ ਹੋ ਗਈ, ਕਹਿੰਦੇ ਹੁਣ ਤੈਨੂੰ ਦਿਖਾਉਣੇ ਆ ਸੀ, ਬਾਰ ਬਾਰ ਇਹ ਗੱਲ ਕਹੀ ਜਾਂਦੀ ਹੈ ਭਗਵੰਤ ਮਾਨ ਨੂੰ ਦਿਖਾਵਾਂਗੇ, ਦਿਖਾ ਤਾ ਹਾਲੇ ਹੋਰ ਵੋਟਾਂ ਚ ਦਿਖਾਵਾਂਗੇ, ਇਸ ਕਿਸਮ ਦੀਆਂ ਗੱਲਾਂ ਵੀ ਉੱਥੇ ਚੱਲ ਰਹੀਆਂ ਸੀ। ਖੈਰ ਉੱਥੇ ਫਿਰ ਜਿਹੜਾ ਹੈ ਗਵਰਨਰ ਸਾਹਿਬ ਨੇ ਅੱਜ ਦਿੱਤਾ 12 ਵਜੇ ਦਾ ਟਾਈਮ, 12 ਵਜੇ ਗਵਰਨਰ ਸਾਹਿਬ ਨੇ ਮੀਟਿੰਗ ਕਰਨੀ ਹੈ। ਉਹਨਾਂ ਨੇ ਕੁਰਸੀਆਂ ਲਵਾਤੀਆਂ ਕਿਉਂਕਿ 32 ਕਿਸਾਨ ਸਭ ਨੇ ਇੱਕ ਇੱਕ ਬੰਦਾ ਭੇਜਣਾ ਹੁੰਦਾ, ਗੱਲ ਭਾਵੇਂ ਇੱਕ ਦੋ ਬੰਦੇ ਕਰਦੇ ਨੇ ਤੇ ਉੱਥੇ ਹੋਏਗੀ ਗੱਲਬਾਤ। ਤੇ ਲੇਕਿਨ ਗਵਰਨਰ ਸਾਹਿਬ ਨੂੰ ਤਾਂ ਮੰਗ ਪੱਤਰ ਹੀ ਦੇਣਾ, ਉਹਨਾਂ ਦੇ ਹੱਥ ਚ ਕੀ ਹੈ? ਗੱਲ ਤਾਂ ਜਿਹਦੇ ਹੱਥ ਚ ਹੈ ਪੰਜਾਬ ਦੀਆਂ ਮੰਗਾਂ, ਉਹਨੇ ਤਾਂ ਹਾਲੇ ਤੱਕ ਜਿਹੜਾ ਹੈ ਗੱਲ ਹੀ ਨਹੀਂ ਕੀਤੀ। ਜਿਹੜਾ ਮੁੱਖ ਮੰਤਰੀ ਮੁਰਗੀ ਤੱਕ ਦਾ ਮੁਆਵਜ਼ਾ ਦੇਣ ਦੀ ਗੱਲ ਕਰ ਰਿਹਾ ਸੀ, ਜਿਹੜਾ ਮੁੱਖ ਮੰਤਰੀ ਪਿੱਛੇ ਜੇ ਭਗਵੰਤ ਮਾਨ ਹੋਰਾਂ ਨੇ ਆਪਣਾ ਟਿੱਪਣੀ ਕੀਤੀ ਸੀ ਐਕਸ ਤੇ, ਉਹ ਕਹਿੰਦੇ ਸੀ ਕਿ ਕਿਉਂ ਤੁਸੀਂ ਸੜਕਾਂ ਤੇ ਬੈਠਦੇ ਹੋ, ਤੁਸੀਂ ਆਓ ਮੇਰਾ ਘਰ, ਮੇਰਾ ਦਫ਼ਤਰ, ਖੇਤੀਬਾੜੀ ਮੰਤਰੀ ਦਾ ਦਫ਼ਤਰ, ਕਿਸਾਨ ਭਵਨ, ਹੁਣ ਕਿਸਾਨ ਬੈਠੇ ਨੇ, ਉਹਨਾਂ ਨੂੰ ਹਾਲੇ ਤੱਕ ਤਾਂ ਨਹੀਂ ਟਾਈਮ ਦਿੱਤਾ। ਤੇ ਕਿਉਂਕਿ ਵੈਸੇ ਗੱਲ ਹੈ ਕਿ ਮੁੱਖ ਮੰਤਰੀ ਚੁੱਪੀ ਜਿਹੜੀ ਹੈ ਉਹ ਬੜੀ ਜਿਹੜੀ ਹੈ ਖੜਕ ਰਹੀ ਹੈ ਕਿਸਾਨਾਂ ਨੂੰ, ਕਹਿੰਦੇ ਕੋਈ ਗੱਲ ਨੀ ਸ਼ਾਮ ਨੂੰ ਫੈਸਲਾ ਕਰਾਂਗੇ,
ਹੋਰ ਟਾਈਮ ਦੇ ਦੇ ਰਹੇ ਹਾਂ, ਗਵਰਨਰ ਸਾਹਿਬ ਨੂੰ ਮਿਲਾਈਏ ਆ ਕੇ ਪੁੱਛਦੇ ਆ। ਤੇ ਦੂਜਾ ਮੈਨੂੰ ਕਈਆਂ ਨੂੰ ਪੁੱਛਿਆ ਜੀ ਤੁਸੀਂ ਇਹ ਕਿ ਜਦੋਂ ਐਮ ਐਸ ਸੀ ਪੀ ਦੀ ਗਰੰਟੀ ਜਿਹੜੇ ਹੈ ਉਦੋਂ ਬਾਅਦ ਤੁਸੀਂ ਕਰਜ਼ਾ ਮਾਫ਼ੀ ਜਾਂ ਤੁਸੀਂ ਆ ਨਵੀਂ ਮੰਗ ਦੀ ਗੱਲ ਕਰਦੇ ਹੋ ਵੀ 10,000 ਪੈਨਸ਼ਨ ਦਿਓ, ਪੰਜਾਬ ਦੀਆਂ ਮੰਗਾਂ ਦੀ ਗੱਲ ਭਾਈ ਪੰਜਾਬ ਦੀਆਂ ਮੰਗਾਂ ਨਾਲ ਹੀ ਨੇ। ਆ ਜਿਹੜੇ ਕੇਸ ਬਣਾਏ ਨੇ ਪੰਜਾਬ ਸਰਕਾਰ ਨੇ ਪੁਰਾਣੀ ਵਾਲਿਆਂ ਦੇ, ਆ ਜਿਹੜੇ ਹੜ੍ਹਾਂ ਦਾ ਹਾਲੇ ਤੱਕ ਕੁਛ ਨੀ ਦਿੱਤਾ, ਜਿਹੜਾ ਮਾਨ ਸਾਹਿਬ ਕਹਿੰਦੇ ਸੀ ਤੁਹਾਨੂੰ ਯਾਦ ਹੋ ਮਾਨ ਸਾਹਿਬ ਪਹਿਲੇ ਭਾਸ਼ਣ ਚ ਕਹਿਤਾ ਸੀ ਗਿਰਦਾਵਰੀਆਂ ਹੁੰਦੀਆਂ ਰਿਹਾ ਕਰਨਗੀਆਂ, ਅਸੀਂ ਪਹਿਲਾਂ ਮੁਆਵਜ਼ਾ ਦੇਵਾਂਗੇ। ਕਿੱਥੇ ਆ ਮੁਆਵਜ਼ਾ? ਕਿਸਾਨ ਅਜਿਹੀਆਂ ਗੱਲਾਂ ਕਰਦੇ ਨੇ, ਸਮਾਰਟ ਫੋਨ ਲੱਗ ਰਹੇ ਨੇ, ਆ ਜਿਹੜੇ ਸਮਾਰਟ ਮੀਟਰ ਲੱਗ ਰਹੇ ਨੇ ਉਹਦਾ ਵਿਰੋਧ ਹੈ। ਆ ਬੈਂਕ ਵਾਲੇ ਕੀ ਕਰਦੇ ਨੇ ਜਦੋਂ ਕਰਜ਼ਾ ਦਿੰਦੇ ਨੇ? ਨਾਲੇ ਤਾਂ ਚੈੱਕ ਲੈ ਲੈਂਦੇ ਨੇ ਬਲੈਂਕ, ਨਾਲੇ ਨੰਬਰ ਲਿਖਾ ਲੈਂਦੇ ਨੇ ਜ਼ਮੀਨ ਦੇ। ਉਹਦੇ ਮਸਲੇ ਪੰਜਾਬ ਦੇ ਬਹੁਤ ਨੇ ਤੇ ਮੁੱਖ ਮੰਤਰੀ ਸਾਹਿਬ ਹਰੇ ਉਹਨਾਂ ਨੇ ਕਿਹਾ ਨਹੀਂ, ਤੇ ਇਸੇ ਕਰਕੇ ਡਰ ਹੈ ਕਿ ਸ਼ਾਇਦ ਇਹ ਜਿਹੜਾ ਅੰਦੋਲਨ ਹੈ ਲੰਬਾ ਵੀ ਹੋ ਸਕਦਾ। ਵੈਸੇ ਲੰਬਾ ਹੋਣ ਵਾਲੇ ਜਿਹੜੀ ਗੱਲ ਕੀਤੀ ਹੈ ਉਹ ਤਾਂ ਕੀਤੀ ਹੈ ਰਕੇਸ਼ ਟਕੈਤ ਨੇ। ਰਕੇਸ਼ ਟਕੈਤ ਕਹਿੰਦੇ ਦੇਖੋ ਵੱਡੀ ਲੜਾਈ ਹੈ, ਇੰਨੀ ਜਲਦੀ ਤਾਂ ਇਹ ਖਤਮ ਨਹੀਂ ਹੋਣੀ, ਪਰ ਇਹਦਾ ਮਤਲਬ ਇਹ ਅੰਦੋਲਨ 3 ਦਿਨ ਦਾ ਨਹੀਂ, ਅਸੀਂ ਜਿੱਤਣ ਲਈ ਲੰਬੀ ਲੜਾਈ ਲਈ ਤਿਆਰ ਬੈਠੇ ਹਾਂ। ਕਿਤੇ ਵੀ ਲੱਗ ਸਕਦਾ, ਸੂਬੇ ਦੀਆਂ ਰਾਜਧਾਨੀਆਂ ਦਿੱਲੀ ਚ ਵੀ ਲੱਗ ਸਕਦਾ, ਐਮ ਐਸ ਪੀ ਲੈ ਕੇ ਰਹਾਂਗੇ। ਇਹ ਤਾਂ ਗੱਲ ਕੀਤੀ ਹੈ ਰਕੇਸ਼ ਟਕੈਤ ਦੀ। ਦੇਖੋ ਜਿੱਥੇ ਪੰਜਾਬ ਦੀ ਗੱਲ ਹੈ, ਪੰਜਾਬ ਦੇ ਲੋਕ ਜ਼ਰੂਰ ਲੀਡਰ ਭਾਵ, ਦੇਖੋ ਲੀਡਰਸ਼ਿਪ ਜਿਹੜੀ ਹੈ ਉਹਨੇ ਅਗਵਾਈ ਕਰਨੀ ਹੁੰਦੀ ਹੈ। ਲੋਕ ਕਿਸਾਨ ਤਾਂ ਤਿਆਰ ਬੈਠੇ ਨੇ, ਮੈਂ ਕਿਸਾਨਾਂ ਗੱਲ ਕੀਤੀ ਕਹਿੰਦਾ ਹੁਣ ਤਾਂ ਅਸੀਂ ਕੱਟਾ ਕੱਟੀ ਕੱਢ ਕੇ ਜਾਵਾਂਗੇ। ਉਹ ਭਾਈ ਜਿਹੜੀ ਇਸ ਕਿਸਮ ਦੀ ਗੱਲ ਹੈ ਨਾ, ਇਹਦਾ ਮਤਲਬ ਕਿ ਲੀਡਰਸ਼ਿਪ ਉੱਥੇ ਵੀ ਇਹੀ ਸੀ, ਲੀਡਰਸ਼ਿਪ ਤਾਂ ਕਹਿੰਦੀ ਸੀ ਇੱਥੇ ਬੈਠ ਜਾਓ। ਈਵਨ ਅਗਰਾਹਾਂ ਕਹਿੰਦਾ ਸੀ ਜਿੱਥੇ ਰੋਕੇ ਉੱਥੇ ਬੈਠ ਜਾਓ, ਨੌਜਵਾਨ ਭੱਜ ਗਏ ਕਹਿੰਦੇ ਨਹੀਂ ਅਸੀਂ ਨੀ ਇੱਥੇ ਬੈਠਣਾ, ਅਸੀਂ ਦਿੱਲੀ ਜਾਵਾਂਗੇ। ਬਿਲਕੁਲ ਕੋਈ ਪਤਾ ਨਹੀਂ ਕਿੱਥੇ ਹੋਵੇ, ਲੇਕਿਨ ਜਿਹੜੀ ਗੱਲ ਇਹ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਸਲਾਹ ਦੇ ਸਕਦੇ ਹਾਂ ਅਸੀਂ ਤਾਂ ਕਿ ਇਸ ਉਹਨਾਂ ਨੂੰ ਜੇ ਗਵਰਨਰ ਸਾਹਿਬ ਬੁਲਾ ਸਕਦੇ ਨੇ, ਚਾਹ ਪਿਲਾ ਸਕਦੇ ਨੇ ਤੇ ਮੰਗ ਪੱਤਰ ਲੈ ਸਕਦੇ ਨੇ, ਤੁਸੀਂ ਵੀ ਗੱਲ ਕਰ ਲਓ, ਤੁਸੀਂ ਤੁਹਾਡੇ ਆਪਦੇ ਮਸਲੇ ਨੇ ਸਮਝਾਉਣ ਉਹਨਾਂ ਨੂੰ। ਤੁਸੀਂ ਖੁਦ ਹੀ ਕਿਹਾ ਸੀ ਜੋ ਕਹਿਤਾ ਕਹਿਤਾ, ਹੁਣ ਅੱਗੇ ਗੱਲ ਨਹੀਂ ਵਧਾਉਣੀ ਚਾਹੀਦੀ। ਲੇਕਿਨ ਮੈਨੂੰ ਹਾਲ ਦੀ ਘੜੀ ਮਾਨ ਸਾਹਿਬ ਬੁਲਾ ਵੀ ਲੈਣ ਤਾਂ ਵੀ ਗੱਲ ਜਿਹੜੀ ਹੈ ਅੱਗੇ ਵੱਧਦੀ ਨਜ਼ਰ ਆਉਂਦੀ ਹੈ।